ਨਗਰ ਨਿਗਮ ਜ਼ੋਨ ਡੀ ਦੇ ਪਿੱਛੇ ਪੈਂਦੀ ਸਿਧਵਾ ਨਹਿਰ 'ਚ ਤੇਜ਼ ਰਫ਼ਤਾਰ I-20 ਕਾਰ ਬੇਕਾਬੂ ਹੋ ਕੇ ਜਾ ਗਿਰੀ ਸੀ। ਇਸ ਹਾਦਸੇ 'ਚ ਕਾਰ 'ਚ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚੋਂ 2 ਭੈਣ ਭਰਾ ਅਤੇ 2 ਦੋਸਤ ਸ਼ਾਮਲ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦਲ ਬਲ ਨਾਲ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਨਿਕਲਵਾਇਆ। ਚਾਰੋਂ ਸਵਾਰ ਕਾਰ ਵਿੱਚ ਹੀ ਫਸੇ ਹੋਏ ਸਨ, ਜਿਨ੍ਹਾਂ ਨੂੰ ਬਾਹਰ ਕੱਢ ਕੇ ਦੀਪ ਹਸਪਤਾਲ, DMC ਅਤੇ ਰਘੁਨਾਥ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਬਾਜੀ ਰਾਤ ਕਿਤੇ ਫੰਕਸ਼ਨ ਤੋਂ ਆ ਰਹੇ ਸੀ ਅਤੇ ਜਿਹੜੀ ਪੁਲੀ ਹੈ ਸਰਾਬਾ ਨਗਰ ਦੀ, ਅਤੇ ਉਹਦੇ 'ਤੇ ਮਤਲਬ 4 ਬੱਚੇ ਸੀ ਜਿਨ੍ਹਾਂ ਦਾ ਮਤਲਬ ਕਾਰ ਸੀ। ਹਾਂਜੀ, ਕਿਹੜੀ ਕਾਰ? ਇੱਕ ਮਿੰਟ, ਕੀ ਕਾਰ ਸੀ? I-20 ਜੀ। ਅਤੇ ਹੁਣ ਚਾਰੋਂ ਬੱਚੇ ਡੈਡ ਹੈ ਕਿ? ਹਾਂਜੀ, ਇੱਕ ਭੈਣ ਭਰਾ ਸਨ ਅਤੇ 2 ਇਹ ਫਰੈਂਡ ਸਨ, ਅਤੇ ਚਾਰੋਂ ਦੀ I-20 ਗੱਡੀ ਸੀ। ਹਾਂਜੀ, ਅਤੇ ਹੁਣ ਮਤਲਬ ਕਿ ਜਿਹੜਾ ਹੈਗਾ, ਕੀ ਨਾਮ ਕੀ ਹੈ ਇਸ ਬੱਚੇ ਦਾ? ਕਸ਼ਿਸ਼। ਅਤੇ ਇਹਨਾਂ 'ਚ ਪੋਸਟਮਾਰਟਮ ਹੋ ਗਿਆ ਜੀ? ਸਿਵਲ ਹਸਪਤਾਲ ਦੀ ਬੋਡੀ ਆ ਰਹੀ ਹੈ। I-20 ਕਾਰ ਸੀ, ਇਹਨੂੰ ਚਾਰ 3 ਲੜਕੇ ਅਤੇ 1 ਲੜਕੀ ਉਹਦੇ ਵਿੱਚ ਸਵਾਰ ਸੀ। ਅਤੇ ਇਹ ਕਾਰ ਸੁਨੇਤ ਨਹਿਰ ਪੁਲ ਡੀ ਜ਼ੋਨ ਦੇ ਕੋਲ ਨਹਿਰ ਵਿੱਚ ਡਿੱਗੀ, ਜਿਸ ਵਿੱਚ ਇਹਨਾਂ ਤਿੰਨਾਂ ਦੇ ਡੁੱਬਣ ਕਰਕੇ, ਜਿਨ੍ਹਾਂ ਨੂੰ ਕਾਫ਼ੀ ਪ੍ਰਾਈਵੇਟ ਅਤੇ ਸਰਕਾਰੀ ਕਰੇਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ, ਅਤੇ ਜਿਨ੍ਹਾਂ ਦੀ ਡੁੱਬਣ ਕਰਕੇ ਮੌਤ ਹੋ ਗਈ ਹੈ। ਚਾਰੇ ਮਰ ਗਏ? ਹਾਂ, ਚਾਰਾਂ ਦੀ ਮੌਤ ਹੋ ਗਈ ਹੈ। ਇਹਨਾਂ 'ਚ ਇੱਕ ਲੜਕੀ ਵੀ ਦੱਸੀ ਹੈ? ਹਾਂ, ਇੱਕ ਲੜਕੀ ਹੈ, ਲੜਕੀ ਇੱਕ ਭੈਣ ਭਰਾ ਸੀ ਦੋਨੋਂ, ਇੱਕ ਉਹਦਾ ਭਰਾ ਨਾਲ ਸੀ ਲੜਕੀ ਦਾ। ਇਹ ਤੇਜ਼ ਰਫ਼ਤਾਰ ਵੀ ਤੇਜ਼ ਰਫ਼ਤਾਰ ਵੀ ਕਹਿ ਸਕਦੇ? ਹਾਂ, ਤੇਜ਼ ਰਫ਼ਤਾਰ ਹੀ ਹੋਏਗੀ ਜੀ, ਤਾਂ ਹੀ ਇਸੇ ਕਰਕੇ ਨਹਿਰ ਦੇ ਵਿੱਚ ਡਿੱਗੀ ਹੈ ਜੀ। ਅੱਛਾ, ਕਾਰਪੋਰੇਸ਼ਨ ਦੀਆਂ ਜਾਲੀਆਂ ਲੱਗੀਆਂ ਹੁੰਦੀਆਂ, ਜਾਨਾਂ ਬਚ ਸਕਦੀਆਂ ਸੀ ਕਿਤੇ ਨਾ ਕਿਤੇ? ਜਾਲੀਆਂ ਲੱਗੀਆਂ ਹੋਈਆਂ ਸੀ, ਪਰ ਉਹ ਜਾਲੀਆਂ ਤੋੜ ਕੇ ਕਾਰ ਅੰਦਰ ਡਿੱਗੀ ਆ ਨਹਿਰ ਦੇ ਵਿੱਚ, ਅਤੇ ਉਹਦੇ ਉਲਟੀ ਹੋਣ ਕਰਕੇ ਬੱਚਿਆਂ ਦੇ ਡੁੱਬਣ ਕਰਕੇ, ਉਹਨਾਂ ਦਾ ਪਾਣੀ ਅੰਦਰ ਚਲੇ ਜਾਣ ਕਰਕੇ ਉਹਨਾਂ ਦੀ ਮੌਤ ਹੋਈ। ਕਿੰਨੇ ਉਮਰ ਦੇ ਬੱਚੇ ਨੇ ਸਰ? 22 ਲੈ ਕੇ 27 ਤੱਕ ਉਮਰ ਦੇ ਬੱਚੇ ਨੇ, ਅਤੇ ਪੁਰਾਣੇ ਕਲਾਸ ਫੈਲੋ ਨੇ। ਮਤਲਬ ਤੇਜ਼ ਰਫ਼ਤਾਰ ਕਾਰ ਕਹਿ ਸਕਦੇ ਆਪਾਂ ਕਿਤੇ ਨਾ ਕਿਤੇ? ਕਾਰ ਤੇਜ਼ ਹੀ ਹੋਏਗੀ, ਇਸੇ ਕਰਕੇ ਜੀ ਉਹ ਐਕਸੀਡੈਂਟ ਹੈ, ਜਿਹੜਾ ਡਿੱਗਣ ਦਾ ਕਾਰਨ ਇਹੀ ਹੈ ਜੀ, ਗੱਡੀ ਤੇ। ਮਰਨ ਵਾਲਿਆਂ ਦੀ ਪਹਿਚਾਣ ਸਾਨੀਆ, ਭਵਨੀਤ, ਕਸ਼ਿਸ਼ ਅਤੇ ਦੇਵੇਸ਼ ਦੇ ਰੂਪ ਵਿੱਚ ਹੋਈ ਹੈ। ਸਾਨੀਆ ਅਤੇ ਭਵਨੀਤ ਭੈਣ ਭਰਾ ਸਨ, ਦੋਨੋਂ ਹੀ ਡੁਗਰੀ ਨਿਵਾਸੀ ਮਨਪ੍ਰੀਤ ਜੁਨੇਜਾ ਦੇ ਬੱਚੇ ਸਨ। ਕਸ਼ਿਸ਼ ਲੁਧਿਆਣਾ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਸੀ, ਜਦਕਿ ਲਖਨਊ ਦੇ ਵਿਕਾਸ ਨਗਰ ਦਾ ਦੇਵੇਸ਼ ਕੁਮਾਰ ਪੁੱਤਰ ਜੈ ਚੰਦਰ ਸਿੰਘ ਅਜੇ 2 ਦਿਨ ਪਹਿਲਾਂ ਲੁਧਿਆਣਾ 'ਚ ਆਈਲੈਟਸ ਕਰਨ ਲਈ ਆਇਆ ਹੋਇਆ ਸੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।